ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਭਾਗਾਂ ਵਾਲੇ ਹਾਂ, ਬੜੇ ਭਾਗਾਂ ਵਾਲੇ ਹਾਂ, ਬੈਠੇ ਅੱਜ ਉਸ ਥਾਂ ਤੇ ਕਵੀ ਦਰਬਾਰ ਜਿੱਥੇ ਕਲਗੀਧਰ ਸਜਾਉਂਦੇ ਸੀ। ਦਿੱਤਾ ਮਾਨ ਸਤਿਕਾਰ ਪਾਤਸ਼ਾਹ ਕਵੀਆਂ ਨੂੰ, ਦਿੱਤਾ ਮਾਨ ਸਤਿਕਾਰ ਪਾਤਸ਼ਾਹ ਕਵੀਆਂ ਨੂੰ। ਦੂਰੋਂ ਦੁਰਾਡਿਆਂ 52 ਕਵੀ ਬੁਲਾਉਂਦੇ ਸੀ। ਵਿਸ਼ਾ ਹੈ ਸਾਹਿਬੇ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ। ਜਰਨੈਲ ਯੋਧਾ ਕਹਾਂ, ਜਰਨੈਲ ਯੋਧਾ ਕਹਾਂ, ਸਾਹਿਤਕਾਰ ਕਹਾਂ, ਦੁਨੀਆਂ ਵਿੱਚ ਵਿਲੱਖਣ ਸਥਾਨ ਤੇਰਾ। ਬਾਦਸ਼ਾਹ ਦਰਵੇਸ਼ ਕਹਾਂ, ਬੇਮਿਸਾਲ ਕਹਾਂ, ਕਿਹੜੇ ਸ਼ਬਦਾਂ ਵਿੱਚ ਕਰਾਂ ਬਿਆਨ ਤੇਰਾ। ਔਖਾ ਸਹਿਬੇ ਕਮਾਲ ਕਲਮ ਬੱਧ ਕਰਨਾ, ਔਖਾ ਸਹਿਬੇ ਕਮਾਲ ਕਲਮ ਬੱਧ ਕਰਨਾ, ਮੇਰੇ ਸ਼ਬਦ ਪਾਉਣੇ ਸ਼ਖਸੀਅਤ ਲਾਸਾਨੀ ਲਈ। ਸਰਬੰਸਦਾਨੀਆਂ ਦੇਸ਼ ਕਰਜ਼ਾਈ ਤੇਰਾ, ਪੂਰੇ ਪਰਿਵਾਰ ਦੀ ਵੱਡੀ ਕੁਰਬਾਨੀ ਲਈ। ਦੁਨੀਆਂ 'ਚ ਆਉਣ ਦਾ ਹੁੰਦਾ ਹੈ ਕੀ ਮਕਸਦ, ਦੁਨੀਆਂ 'ਚ ਆਉਣ ਦਾ ਹੁੰਦਾ ਕੀ ਮਕਸਦ, ਮਹਾਨਾਇਕ ਨੇ ਸਭ ਸਮਝਾ ਦਿੱਤਾ। ਮਸੀਹਾ ਮਾਨਵਤਾ ਦਾ ਰੱਬੀ ਨੂਰ ਕੋਈ, ਮਸੀਹਾ ਮਾਨਵਤਾ ਦਾ ਰੱਬੀ ਨੂਰ ਕੋਈ, ਕੁਰਬਾਨ ਦੇਸ਼ ਲਈ ਹੋਣਾ ਦਿਖਾ ਦਿੱਤਾ। ਜਾਤ ਪਾਤ ਦੀ ਲਾਨਤ ਖਤਮ ਕਰਕੇ, ਜਾਤ ਪਾਤ ਦੀ ਲਾਨਤ ਖਤਮ ਕਰਕੇ, ਊਚ ਨੀਚ ਦਾ ਭੇਦ ਮਿਟਾ ਦਿੱਤਾ। ਦੇ ਕੇ ਉਪਦੇਸ਼ ਗੁਰਾਂ, ਦੇ ਕੇ ਉਪਦੇਸ਼ ਗੁਰਾਂ, ਸਾਂਝੀ ਵਾਲਤਾ ਦਾ ਇੱਕੋ ਬਾਟੇ 'ਚੋਂ ਅੰਮ੍ਰਿਤ ਛਕਾ ਦਿੱਤਾ, ਇੱਕੋ ਬਾਟੇ 'ਚੋਂ ਅੰਮ੍ਰਿਤ ਛਕਾ ਦਿੱਤਾ। ਪਹਿਲਾਂ ਛਕਾ ਅੰਮ੍ਰਿਤ, ਪਹਿਲਾਂ ਛਕਾ ਅੰਮ੍ਰਿਤ ਫਿਰ ਆਪ ਛਕਿਆ, ਪਹਿਲਾਂ ਛਕਾ ਅੰਮ੍ਰਿਤ ਫਿਰ ਆਪ ਛਕਿਆ। ਪੰਜ ਕਕਾਰਾਂ ਨਾਲ ਖਾਲਸਾ ਸਜਾ ਦਿੱਤਾ, ਨਜਾਰੂ ਖਾਲਸਾ ਪੰਥ ਨੂੰ ਜਨਮ ਦੇ ਕੇ, ਨਜਾਰੂ ਖਾਲਸਾ ਪੰਥ ਨੂੰ ਜਨਮ ਦੇ ਕੇ। ਜ਼ੁਲਮ ਨਾ ਟਕਰਾਉਣਾ ਸਿਖਾ ਦਿੱਤਾ, ਜ਼ੁਲਮ ਨਾ ਟਕਰਾਉਣਾ ਸਿਖਾ ਦਿੱਤਾ। ਸਵਾ ਲੱਖ ਨਾਲ ਇੱਕ ਲੜਾਇਆ ਸੀ, ਸਵਾ ਲੱਖ ਨਾਲ ਇੱਕ ਲੜਾਇਆ ਸੀ, ਸਿੱਖਾਂ ਦਾ ਤਨ ਤੇ ਮਨ ਬਦਲਾ ਦਿੱਤਾ। ਚਾਰ ਪੁੱਤਰਾਂ ਨੂੰ ਦੇਸ਼ ਤੋਂ ਵਾਰ ਕੇ ਤੇ, ਲੱਖਾਂ ਪੁੱਤਰਾਂ ਨਾਲ ਖਾਲਸਾ ਸਜਾ ਦਿੱਤਾ, ਲੱਖਾਂ ਪੁੱਤਰਾਂ ਨਾਲ ਖਾਲਸਾ ਵਧਾ ਦਿੱਤਾ। ਚੱਲ ਰਹੀ ਪਰੰਪਰਾ ਖਤਮ ਕਰਕੇ, ਚੱਲ ਰਹੀ ਪਰੰਪਰਾ ਖਤਮ ਕਰਕੇ, ਗ੍ਰੰਥ ਸਾਹਿਬ ਜੀ ਨੂੰ ਗੁਰੂ ਅਖਵਾ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਅਖਵਾ ਦਿੱਤਾ। ਸ਼ਬਦ ਗੁਰੂ ਸਿਧਾਂਤ ਨੂੰ ਅਮਰ ਕਰਕੇ ਅਮਲੀ ਜਾਮਾ ਸਦੇਵੀ ਪਹਿਨਾ ਦਿੱਤਾ, ਅਮਲੀ ਜਾਮਾ ਸਨੇਵੀ ਪਹਿਨਾ ਦਿੱਤਾ। 40 ਮੁਕਤਿਆਂ ਦੀ ਪਹਿਲਾਂ ਭੁੱਲ ਬਖਸ਼ੀ, 40 ਮੁਕਤਿਆਂ ਦੀ ਪਹਿਲਾਂ ਭੁੱਲ ਬਖਸ਼ੀ। ਖਿਦਰਾਂ ਨੇ ਢਾਬ ਨੂੰ ਮੁਕਤਸਰ ਬਣਾ ਦਿੱਤਾ, ਪਾਪੀ ਰੰਗੇ ਨੂੰ, ਪਾਪੀ ਰੰਗੇ ਨੂੰ ਜ਼ਫਰਨਾਮੇ ਰਾਹੀਂ, ਪਾਪੀ ਰੰਗੇ ਨੂੰ ਜ਼ਫਰਨਾਮੇ ਰਾਹੀਂ ਮਰਨ ਕਿਨਾਰੇ ਅਖੀਰ ਪਹੁੰਚਾ ਦਿੱਤਾ, ਮਰਨ ਕਿਨਾਰੇ ਅਖੀਰ ਪਹੁੰਚਾ ਦਿੱਤਾ। ਦਸਮ ਗੁਰਾਂ ਦੀਆਂ ਦੂਤੀ ਸ਼ਹਾਦਤਾਂ ਨੇ, ਦਸਮ ਗੁਰਾਂ ਦੀਆਂ ਦੂਤੀ ਸ਼ਹਾਦਤਾਂ ਨੇ ਮੁਗਲ ਰਾਜ ਨੂੰ ਸੀ ਜੜੋਂ ਫੈਲਾ ਦਿੱਤਾ, ਮੁਗਲ ਰਾਜ ਨੂੰ ਸੀ ਜੜੋਂ ਫੈਲਾ ਦਿੱਤਾ। ਤੇਰੀਆਂ ਰਹਿਮਤਾਂ ਦੀ ਗਿਣਤੀ ਤਾਂ ਬੇਸਾਬਾ, ਤੇਰੀਆਂ ਰਹਿਮਤਾਂ ਦੀ ਗਿਣਤੀ ਤਾਂ ਬੇਸਾਬਾ। ਸ਼ਬਦਾਂ ਦੀ ਕਮੀ ਨੇ ਭਾਸ਼ਾ ਨੂੰ ਹਰਾ ਦਿੱਤਾ, ਸ਼ਬਦਾਂ ਦੀ ਕਮੀ ਨੇ ਭਾਸ਼ਾ ਨੂੰ ਹਰਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।